ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਅੱਜ ਅਸੀਂ 10ਵੀਂ ਸ਼੍ਰੇਣੀ ਦਾ ਭੂਗੋਲ ਦਾ ਪਹਿਲਾ ਪਾਠ ਹੈ ਤੁਹਾਡਾ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਇਸ ਦਾ ਇਤਿਹਾਸ ਉੱਤੇ ਪ੍ਰਭਾਵ, ਇਸ ਨੂੰ ਇੱਕ ਸਲਾਈਡ ਮਾਧਿਅਮ ਨਾਲ ਕਰਾਂਗੇ ਔਰ ਜੋ ਵੀ ਮਹੱਤਵਪੂਰਨ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ੁਰੂ ਕਰਦੇ ਹਾਂ ਜੀ। ਪੰਜਾਬ ਜੋ ਅੱਜ ਦਾ ਅਯੋਕੇ ਸਮੇਂ ਦਾ ਪੰਜਾਬ ਹੈ ਸਾਡੇ ਕੋਲ, ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਨਹੀਂ ਸੀ। ਸਮਾਂ ਬੀਤਣ ਦੇ ਨਾਲ ਨਾਲ ਇਸ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਕੋਈ ਸਮਾਂ ਸੀ ਜਦੋਂ ਸਿੰਧ ਦਰਿਆ ਤੋਂ ਲੈ ਕੇ ਯਮੁਨਾ ਦੇ ਤੱਕ ਦੇ ਤੱਕ ਪੰਜਾਬ ਆ ਜਿਹੜਾ ਸਾਡਾ ਫੈਲਿਆ ਹੋਇਆ ਸੀ, ਪਰ ਹੌਲੀ ਹੌਲੀ ਇਸ ਦੀਆਂ ਹੱਦਾਂ ਦੇ ਵਿੱਚ ਸਮੇਂ ਸਮੇਂ 'ਤੇ ਇਸ ਦੀ ਵੰਡ ਹੋਈ ਅਤੇ ਜੋ ਅਜੋਕਾ ਪੰਜਾਬ ਅੱਜ ਸਾਡੇ ਕੋਲ ਹੈ ਉਹ ਹੋਂਦ ਵਿੱਚ ਆਇਆ। ਸ਼ੁਰੂ ਕਰਦੇ ਹਾਂ ਜੀ। ਪੰਜਾਬ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। 1947 ਵਿੱਚ ਭਾਰਤ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ, ਪੂਰਬੀ ਅਤੇ ਪੱਛਮੀ ਪੰਜਾਬ। ਪਰ ਇਸ ਦਾ ਨਾਂ ਇੰਨਾ ਹਰਮਨ ਪਿਆਰਾ ਹੈ ਕਿ ਲੋਕ ਇਸ ਨੂੰ ਪੂਰਬੀ ਜਾਂ ਪੱਛਮੀ ਪੰਜਾਬ ਦੀ ਥਾਂ 'ਤੇ ਪੰਜਾਬ ਹੀ ਆਖਦੇ ਹਨ। ਪੂਰਬੀ ਅਤੇ ਪੱਛਮੀ ਪੰਜਾਬ ਜਿਹੜਾ ਸਾਡਾ ਪੰਜਾਬ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਪੂਰਬੀ ਪੰਜਾਬ ਯਾਨੀ ਕਿ ਜੋ ਅਤੇ ਪੱਛਮੀ ਪੰਜਾਬ। ਪੱਛਮੀ ਪੰਜਾਬ ਜੋ ਪਾਕਿਸਤਾਨ ਵੱਲ ਪੰਜਾਬ ਰਹਿ ਗਿਆ ਉਹ ਸਾਡਾ ਪੱਛਮੀ ਪੰਜਾਬ ਹੈ, ਔਰ ਜੋ ਹਿੱਸਾ ਸਾਡੇ ਭਾਰਤ ਦੇ ਹਿੱਸੇ ਆਇਆ ਉਸ ਨੂੰ ਅਸੀਂ ਪੂਰਬੀ ਪੰਜਾਬ ਬੋਲਦੇ ਹਾਂ। ਪੰਜਾਬ ਦੇ ਨਾਮ ਵਿੱਚ ਤਬਦੀਲੀਆਂ, ਹੁਣ ਅਸੀਂ ਅੱਗੇ ਪੜ੍ਹਦੇ ਹਾਂ ਕਿ ਪੰਜਾਬ ਦੇ ਨਾਮ ਦੇ ਵਿੱਚ ਵੱਖ ਵੱਖ ਸਮੇਂ ਵਿੱਚ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਰਹੀਆਂ। ਵੈਦਿਕ ਕਾਲ ਵਿੱਚ ਪੰਜਾਬ ਦੀ ਥਾਂ 'ਤੇ ਸੱਤ ਨਦੀਆਂ ਦੀ ਧਰਤੀ ਕਹਿੰਦੇ ਸਨ ਪੰਜਾਬ ਨੂੰ। ਇਹ ਸੱਤ ਨਦੀਆਂ ਸਨ ਸਿੰਧੂ, ਜਹਿਲਮ, ਚਨਾਬ, ਰਾਵੀ, ਬਿਆਸ, ਸਤਲੁਜ ਅਤੇ ਸਰਸਵਤੀ। ਸਰਸਵਤੀ ਨਦੀ ਦੀ ਹੋਂਦ ਹੁਣ ਖਤਮ ਹੋ ਚੁੱਕੀ ਹੈ। ਆਓ, ਇਸ ਕਾਰਨ ਇਸ ਮੈਦਾਨ ਸਪਤ ਸਿੰਧੂ ਅਖਵਾਉਂਦਾ ਸੀ, ਯਾਨੀ ਕਿ ਉਸ ਸਮੇਂ ਜਿਹੜਾ ਪੰਜਾਬ ਨੂੰ ਸਪਤ ਸਿੰਧੂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ। ਆਓ ਮੈਪ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਹ ਸੱਤ ਨਦੀਆਂ ਕਿਹੜੀਆਂ ਕਿਹੜੀਆਂ ਸਨ। ਸਰਸਵਤੀ ਨਦੀ ਦੀ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜੋ ਅਲੋਪ ਹੋ ਚੁੱਕੀ ਹੈ। ਆਪਣੇ ਖੱਬੇ ਪਾਸੇ ਤੋਂ ਦੇਖੋ, ਸਭ ਤੋਂ ਪਹਿਲਾਂ ਜੋ ਨੀਲੇ ਰੰਗ ਦਾ ਅਸੀਂ ਦਰਿਆ ਬਣਾਇਆ ਹੋਇਆ ਹੈ, ਜੋ ਨੀਲੇ ਰੰਗ ਦੇ ਨਾਲ ਮਾਰਕ ਕੀਤਾ ਹੋਇਆ ਹੈ, ਇਹ ਹੈ ਇੰਡਸ ਯਾਨੀ ਕਿ ਸਾਡਾ ਸਿੰਧ ਦਰਿਆ। ਉਸ ਦੇ ਨਾਲ ਹੀ ਖੱਬੇ ਤੋਂ ਸੱਜੇ ਵੱਲ ਨੂੰ ਆਉਂਦੇ ਹੋਏ ਲਾਲ ਰੰਗ ਦੀ ਪੱਟੀ ਦੇ ਵਿੱਚ ਤੁਹਾਨੂੰ ਦੇਖ ਵੀ ਰਿਹਾ ਹੋਏਗਾ, ਇਹ ਹੈ ਸਾਡਾ ਜਿਹਲਮ, ਠੀਕ ਹੈ। ਉਸ ਤੋਂ ਅੱਗੇ ਚੱਲ ਕੇ ਪੀਲੇ ਰੰਗ ਦੀ ਜੋ ਪੱਟੀ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਹੈ ਸਾਡਾ ਚਨਾਬ। ਉਸ ਤੋਂ ਅੱਗੇ ਜਾਈਏ ਹਰੇ ਰੰਗ ਦੀ ਪੱਟੀ ਦੇ ਵਿੱਚ ਰਾਵੀ। ਅੱਗੇ ਜੋ ਪਿੰਕ ਅਤੇ ਗੁਲਾਬੀ ਰੰਗ ਦੀ ਪੱਟੀ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਹੈ ਸਤਲੁਜ ਦਰਿਆ। ਔਰ ਵਿੱਚ ਮੱਧਮ ਲਾਲ ਰੰਗ ਦਾ ਜੋ ਦਰਿਆ ਦਿਖਾਈ ਦੇ ਰਿਹਾ ਹੈ, ਇਹ ਹੈ ਬਿਆਸ, ਠੀਕ ਹੈ ਜੀ। ਔਰ ਇਸ ਦੀ ਗਿਣਤੀ ਕਰ ਲਓ ਤੁਸੀਂ, 1, 2, 3, 4, 5, 6 ਅਤੇ ਇੱਕ ਜੋ ਸਰਸਵਤੀ ਅਲੋਪ ਹੋ ਚੁੱਕਾ ਹੈ, ਉਸਨੂੰ ਮਿਲਾ ਕੇ ਕੁੱਲ ਸੱਤ ਨਦੀਆਂ ਸਨ ਜੋ ਵੈਦਿਕ ਕਾਲ ਦੇ ਵਿੱਚ ਪੰਜਾਬ ਵਿੱਚ ਰਹਿੰਦੀਆਂ ਸਨ। ਇਹ ਸਾਡਾ ਉਸ ਸਮੇਂ ਦਾ ਪੰਜਾਬ ਹੈ, ਠੀਕ ਹੈ ਜੀ। ਤਾਂ ਇਸ ਕਾਰਨ ਹੀ ਇਸ ਮੈਦਾਨ ਨੂੰ ਸਪਤ ਸਿੰਧੂ ਅਖਵਾਉਂਦਾ ਸੀ। ਰਮਾਇਣ ਅਤੇ ਮਹਾਂਭਾਰਤ ਵੇਲੇ ਪੰਚਨੰਦ ਅਤੇ ਬ੍ਰਹਮਵਰਤ ਕਹਿੰਦੇ ਸਨ, ਠੀਕ ਹੈ ਜੀ। ਰਮਾਇਣ ਅਤੇ ਮਹਾਂਭਾਰਤ ਦੇ ਸਮੇਂ ਪੰਜਾਬ ਨੂੰ ਪੰਚਨੰਦ ਅਤੇ ਬ੍ਰਹਮਵਰਤ ਕਹਿੰਦੇ ਸਨ। ਯੂਨਾਨੀਆਂ ਨੇ ਇਸ ਨੂੰ ਪੈਟਾਪੋਟਾਮੀਆ ਦਾ ਨਾਮ ਦਿੱਤਾ, ਜਿੱਥੇ ਇੱਥੇ ਕੀ ਹੈ, ਪੈਂਡਾ ਦਾ ਅਰਥ ਹੈ ਪੰਜ ਅਤੇ ਪੋਟਾਮੀਆ ਦਾ ਅਰਥ ਹੈ ਨਦੀ, ਯਾਨੀ ਕਿ ਪੰਜ ਦਰਿਆਵਾਂ ਦੀ, ਪੰਜ ਨਦੀਆਂ ਦੀ ਧਰਤੀ। ਪੰਜਾਬ ਵਿੱਚ ਬਹੁਤ ਸਮਾਂ ਪਹਿਲਾਂ ਬਹਾਦਰ ਕਬੀਲੇ ਦਾ ਸ਼ਾਸਨ ਰਿਹਾ, ਟੱਕ, ਜਿਸ ਕਾਰਨ ਉਸ ਬਹਾਦਰ ਟੱਕੀ ਕਬੀਲਾ ਸੀਗਾ, ਜਿਸ ਕਾਰਨ ਇਸਨੂੰ ਟੱਕ ਪ੍ਰਦੇਸ਼ ਜਾਂ ਟੱਕੀ ਵੀ ਕਿਹਾ ਜਾਂਦਾ ਰਿਹਾ। ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਪ੍ਰਦੇਸ਼ ਨੂੰ ਸੇਕੀਆ ਦਾ ਨਾਂ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਨੂੰ ਲਾਹੌਰ ਸੂਬਾ ਕਿਹਾ ਜਾਣ ਲੱਗਾ ਅਤੇ ਮੁਗਲ ਸਮਰਾਟ ਅਕਬਰ ਨੇ ਇਸ ਨੂੰ ਪੰਜਾਬ ਦਾ ਨਾਂ ਦਿੱਤਾ। 1849 ਈਸਵੀ ਵਿੱਚ, ਮੋਸਟ ਇੰਪੋਰਟੈਂਟ ਹੈ ਜੀ, ਨੋਟ ਕਰ ਲੈਣਾ, 1849 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਅਤੇ ਇਸ ਨੂੰ ਪੰਜਾਬ ਪ੍ਰਾਂਤ ਦਾ ਨਾਮ ਦਿੱਤਾ। ਪ੍ਰਸ਼ਨ ਅਕਸਰ ਹੀ ਆਉਂਦਾ ਕਿ ਅੰਗਰੇਜ਼ਾਂ ਨੇ ਜਿਹੜਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ? ਤਾਂ ਸਭ ਤੋਂ ਲਾਸਟ ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਸਾਮਰਾਜ ਦੇ ਵਿੱਚ ਸ਼ਾਮਿਲ ਕੀਤਾ ਸੀ 1849 ਈਸਵੀ ਦੇ ਵਿੱਚ। ਅੱਗੇ ਪੜ੍ਹਦੇ ਹਾਂ ਜੀ, ਪੰਜਾਬ ਦੇ ਨਾਮ ਵਿੱਚ ਹੋਰ ਤਬਦੀਲੀਆਂ ਅਤੇ 1947 ਈਸਵੀ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਜੋ ਕਿ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ।
पाकिस्तान हिस्से आए पंजाब नूं पछमी पंजाब अते भारत हिस्से आए पंजाब नूं पूर्वी पंजाब कहा जाता है, परंतु दोहां ही देशों में इसका नाम पंजाब ही हरमन प्यारा है। अगे तुहानूं मैप दे मुताबिक एक बार फिर दस दईए कि देखो दो साढ़े सामने आ रहा 1947 तो पहला का पंजाब है। इस विच तुसी देखोगे एक पासे पाकिस्तान है ते दूसरे पासे भारत है। जिस तरह तुसी इस टाइम वीडियो देख रहे हो, तुहाडे सज्जे हाथ वाला जो पंजाब है वो इंडिया लिखा होया है नीचे, और खब्बे हाथ पाकिस्तान है। इस दे विच तुसी इस नूं थोड़ा जिहा जूम करके देखोगे तां लाहौर अते अमृतसर सानूं दिखाई दे रहे हन। यानी कि 1947 वेले जो वंड हुई आ, ये वाली जो लाइन सेंटर दे विच तुहानूं दिखाई दे रही है, इसने की आ पंजाब नूं दो हिस्सों दे विच वंड दिता। जो पाकिस्तान हिस्से पंजाब है पच्छमी पंजाब, और जो साढ़े हिस्से पंजाब रहा है इसनों असी बोलते हैं पूर्वी पंजाब, जो साडा की है भारत के पंजाब है। 1947 की वंड वेले पंजाब की है दो हिस्सों के वंडिया गया। ठीक है जी, पंजाब दियां हद्दां हुण असी वक्ख वक्ख कालां विच असी पंजाब दे नावां बारे पढ़िया, हुण असी पढ़ते हैं जी पंजाब दियां सीमावां, यानी कि हद्दां किस तरह अक्सर बदलदियां रहियां। ऋग्वेद काल समय पंजाब विच सारा इलाका शामिल सी, जिसनों सिंध, जेहलम, चनाब, रावी, ब्यास, सतलुज ते सरस्वती नदियां सिंजदियां सन, यानी कि सत दियां सत नदियां उसनों सिंजदियां सन। वो सारे का सारा इलाका जिहड़ा पंजाब दे विच शामिल सीगा। मौर्या ते कुशाण काल समय पंजाब दियां हद्दां पछमी सीमा हिंदू कुश पर्बत तक फैलियां हुईयां सन, अते टैक्सिला उसका एक हिस्सा बन गया सी। दिल्ली सल्तनत समय पंजाब की हद लाहौर ते पेशावर तक फैली हुई सी। वो एक बार फिर तुहानूं मैं दे अनुसार दस दईए, जिवें असीं गल कीती है कि ऋग्वेद काल समय जिहड़ी असीं नीली पट्टी देख रहे हैं इंडस, यानी कि सिंध दरिया है, और लास्ट तक इत्थों तक कि जिहड़ा इलाका है इत्थों लैके इत्थों तक ही सारा पंजाब का इलाका ही सी, जिस दे विच सारियां सत नदियां बहिंदियां सन। ठीक है, और अलग अलग समय ते जिहड़ियां महाराजा रणजीत सिंह दे समय इलाका होर भी वधिया होया सी। महाराजा रणजीत सिंह दे समय पंजाब दी पूर्वी हद सतलुज नदी तक अते पछमी हद खैबर दरे तक सी, उसकी राजधानी लाहौर सी। हुणे भी पॉइंट नोट कर लईए कि पंजाब दी राजधानी जिहड़ी महाराजा रणजीत सिंह समय की है लाहौर सीगी। 1857 ईस्वी दे विद्रोह पिछों अंग्रेजी साम्राज ने दिल्ली तक दे इलाके भी इस विच मिला ले। 1911, ये भी बड़ी महत्वपूर्ण नोट करने वाली गल है जी, 1911 ईस्वी दे विच लॉर्ड हार्डिंग ने दिल्ली नूं हिंदुस्तान की राजधानी बना के पंजाब नालों वक्खरा कर दिता। तो दो तीन प्रश्न बनते हैं, दिल्ली नूं पंजाब नालों कदों वक्खरा किया गया? 1911 ईस्वी दे विच। दिल्ली भारतीय राजधानी कदों बनी? 1911 ईस्वी दे विच। ठीक है, क्योंकि इस तरह के दो तीन जड़े प्रश्न है बड़े ही महत्वपूर्ण प्रश्न है जो बनते हैं 1911 ईस्वी के सन नाल जो जुड़े हुए हैं। तो उस समय लॉर्ड हार्डिंग से भारत की वंड समय पूर्वी पंजाब अते पछमी पंजाब विच वंडिया गया, अते 29 विचों जिहड़े 16 13 जिले आ अपने पूर्वी पंजाब नूं मिले। हुण जाहिर जी गल है कि जिहड़े 1947 तों पहलां दा पंजाब सी, जो 47 वेले वंड हुई तां 29 जिले सी, 29 दे विचों जिहड़े 13 जिले आ साडे हिस्से आए, ते 16 जिले आ जो किथे किथे ने पाकिस्तान दे पंजाब दे पछमी पंजाब दे हिस्से विच गए। है जी, अगे देखो एक बार फिर तो मैप दे विच तुसी देख सकते हो सत नदियां, महाराजा रणजीत सिंह दा राज है जो इस जगह तो लै के असी गल कीती सी पहला भी कि वह इंडस तो लै के इतों तक फैलिया होया सीगा, जिस महाराजा रणजीत सिंह दा राज सीगा। महाराजा रणजीत सिंह दे समय पंजाब दी पूर्वी हद सतलुज नदी तक अते पछमी हद खैबर दरे तक सी, उसकी राजधानी लाहौर सी, ये असी पढ़ चुके हैं। ठीक है, ते अगे 1 नवंबर 1966 ईस्वी नूं जो गल एक होर साढ़े नोट करन वाली है, भाषा दे आधार ते पंजाब विचों हरियाणा अलग राज बना दिता गया, जिवें कि एक बार फिर पंजाब दी वंड कीती गई। तुसीं तुहानूं इह मैप देख रहे होणा, इस दे विच असीं तुहानूं कोशिश करदे हां दस्सण दी 1947 तों पहलां, जो पूरे दा पूरा तुसीं मैप देख रहे हो 1947 तों पहलां दा मैप है। ठीक है, हुण 1947 की पार्टीशन समय वैसट पंजाब देख रहे हो तुसीं, ये पछमी पंजाब आ जो पाकिस्तान के हिस्से विच जिहड़ा पंजाब चला गया, ये जिहड़ा असीं देख रहे हैं जो थोड़ा थोड़ा हरे रंग के नाल तुहानूं मार्क दिख रहा है। उस तो बाद गल करिए 1958 ईस्वी की, तो जिहड़ा हिमाचल प्रदेश है वो अलग हो गया पंजाब के नालों, जो लाल
बाउंड्री तुहानू इहदी दिख रही है लाल सीमा, और जो नीले रंग की सीमा दिख रही है 1966 ईस्वी के विच, 1 नवंबर 1966 ईस्वी विच भाषा के आधार पर एक बार फिर पंजाब का जिहड़ा पुनर्गठन किया गया, तो इस दे विच हरियाणा जो सीगा उसनू भी अलग कर दिता गया और हिमाचल प्रदेश के विच कुछ हिस्सा होर चला गया पंजाब का। हुण रह गई गल साडे अज दे पंजाब दी, तो जो सेंटर दे विच इह साडे कोले बचिया ये है साडा जी अज दा अजोका पंजाब, यानी कि पंजाब नूं समय समय ते पार्टीशन तो बाद जो साडे हिस्से आया पंजाब है, अज दा जो अजोका पंजाब है वो ये है साडा, ठीक है जी। पूर्वी पंजाब जिसनों असीं पंजाब ही आखते हाँ। अगे गल करते हैं जी पंजाब दीआं भूगोलिक विशेषतावां दी, असीं जिस पंजाब दीआं भूगोलिक, बड़ी ही महत्वपूर्ण गल है जी, जिस पंजाब दीआं भूगोलिक विशेषतावां दा अध्ययन कर रहे हाँ, वो दरिया सिंध ते जन्मा सॉरी जमुना नदी दे विचकार दा इलाका है, यानी कि अजोके पंजाब दी असीं गल नहीं कर रहे भूगोलिक विशेषतावां दे विच, असीं उस पंजाब दी गल कर रहे हैं जो सिंध ते जमुना नदी दे विचकार दा इलाका है। इस दे उत्तर विच हिमालिया पर्वत दीआं उच्चियां पहाड़ियां अते दक्षण विच राजस्थान अते सिंध दा विशाल मरुथल हन, पूर्व विच यमुना नदी अते पछम विच सुलेमान दीआं पहाड़ियां हन। भूगोलिक दृष्टिकोण तों पंजाब नूं 3 भागां विच वंडिया गया है, वंडिया जा सकता है, पहला हैगा हिमालय अते उत्तर पछमी पहाड़ियां, दूसरा हैगा उप पहाड़ी इलाका और तीसरा हैगा मैदानी खेतर। सब तो पहला पढ़ते हैं हिमालय अते उत्तर पछमी पहाड़ियां। हिमालय दीआं पहाड़ियां पंजाब विच लड़ीवार हन, इन्हां विच कई घाटियां भी हन, इन्हां दी चौड़ाई लगभग 250 किलोमीटर है, ये देश की रक्षा पक्षों एक मजबूत कंध दा कम करदियां हन। इन्हां पहाड़ियां दी ऊंचाई एक सार नहीं है, इसलिए इसनूं ऊंचाई दे हिसाब नाल महान हिमालय, मध्य हिमालय ते बाहरला हिमालय दे रूप विच वंडिया जा सकदा है। नाल तुहानूं चित्र दिखाई दे रहा है, तुसीं वाइट वाइट जो चिट्टा चिट्टा दिखाई दे रहा है सैटेलाइट तों लई गई तस्वीर है, क्योंकि हिमालय दीआं पहाड़ियां अक्सर ही जिहड़ियां बर्फ नाल ढकियां रहिंदियां हन, तां इह जो तुसीं पट्टी देख रहे हो उपरों आ के नीचे नूं जा रही है, इह हिमालय पर्बत है साडा जो पंजाब के उत्तर विच स्थित है, बड़ी मजबूत कंध दा कम करता है। हुण जे गल महान हिमालय दीआं पहाड़ियां दी करिए, तां इह लड़ी पूरब वल नेपाल अते तिब्बत विच चली जांदी है। जे तुसीं भारत दा नक्शा देखदे होगे, पंजाब दी सरहद दे नालों लगदे होए इह जिहड़ी लड़ी आ अगे वध जांदी है, किस पासे नूं, पछम वल नूं सॉरी पूरब वल नूं नेपाल अते तिब्बत वल नूं चली जांदी है। इह तुसीं काले रंग दी जो पट्टी देख रहे हो इंडिया दे छड्डे भारत दे नक्शे दे उपर, पछम विच इह पंजाब दे लाहौर स्पीति अते कांगड़ा जिले दे इलाकियां नूं कश्मीर तों वक्ख करदी है। इत्थे कुल्लू दी सुंदर वादी अते रोहतांग दर्रा भी है, इन्हां दी उचाई 5,851 मीटर तों 6,718 मीटर दे विचकार है। इह पहाड़ियां सारा साल बर्फ नाल ढकियां रहिंदियां हन। अगे गल करिए मध्य हिमालय दी, नूं आम करके पांगी पहाड़ियां दी लड़ी भी कहा जाता है, तां इह वी इक प्रश्न है जी, मध्य हिमालय नूं होर किस नाम नाल जां पांगी पहाड़ियां किस हिमालय विच आउंदियां हन, मध्य हिमालय च। इह पहाड़ियां रोहतांग दरे तों चल के चंबा विचों हो के चनाब अते रावी दरियावां दीआं घाटियां नूं नखेड़दियां हन। इन्हां पहाड़ियां दी जिहड़ी उचाई है वो 2,155 मीटर है। अगे आ गया साडे कोले मध्य हिमालय नूं आम करके पांगी पहाड़ियां, देखो तुसीं अगे चित्र दे विच देख सकदे हो जो पट्टी बनी हुई है यह मध्य हिमालय दीआं पहाड़ियां, ठीक है जी, जो अगे तिब्बत नेपाल जिवें तुहानूं अगे दस्सिया होया अगे निकल जांदियां, चंबे विचों हो के चनाब अते रावी दरियावां दीआं घाटियां नूं नखेड़दियां हन। इह पहाड़ियां दी उचाई है जो 2,155 वी असीं इसनूं कह सकदे हां, 2,155 मीटर, यानी कि जिवें सानूं आसानी नाल याद रह जाए असीं इसनूं याद रखणा। बारले हिमालय की गल करिए, बारले हिमालय दीआं पहाड़ियां मध्य हिमालय दीआं पहाड़ियां दे बराबर ही चलदियां हन। इह पहाड़ियां चंबा अते धर्मशाला तों हो के कश्मीर विच दी रावलपिंडी जेहलम अते गुजरात जिलियां दे इलाकियां विच जा निकलदियां हन। इन्हां पहाड़ियां दी उचाई जिहड़ी लगभग 923 मीटर है, इह इलाका उप पहाड़ी इलाका अखवाउंदा है। इन्हां पहाड़ियां नूं धौलाधार दीआं पहाड़ियां भी कहा जांदा है। हिमालय दीआं पछमी पहाड़ियां दी गल करिए, दा नां सुलेमान अते किरथार दीआं पहाड़ियां है। इह पहाड़ियां विच कई दरे बने हुए हन, इत्थे शब्द आया एक दरा, ठीक है। हुण दरा शब्द नोट कर सकदे हो, दरा शब्द तों की भाव है, दरा दो दरिया दो सॉरी दरा शब्द की है पहाड़ां दे विच
ਲੰਘਣ ਲਈ ਬਣਿਆ ਹੋਇਆ ਇੱਕ ਕੁਦਰਤੀ ਰਾਹ ਹੁੰਦਾ, ਉਸ ਨੂੰ ਅਸੀਂ ਬੋਲ ਦਿੰਦੇ ਹਾਂ ਦਰਾ। ਠੀਕ ਹੈ, ਅਤੇ ਇਨ ਜਿਨ੍ਹਾਂ ਵਿੱਚੋਂ ਜਿਹੜੇ ਦਰਿਆ ਵਿੱਚੋਂ ਪ੍ਰਸਿੱਧ ਦਰਿਆ ਹੈ ਖੈਬਰ, ਕੁਰਮ, ਟੋਚੀ, ਬਲਾਣ ਅਤੇ ਗੋਲਮ ਪ੍ਰਸਿੱਧ ਹਨ। ਇਹਨਾਂ ਦਰਿਆ ਰਾਹੀਂ ਹੀ ਪੰਜਾਬ ਭਾਰਤ ਦੇ ਸੰਬੰਧ ਮੱਧ ਏਸ਼ੀਆ ਨਾਲ ਬਣੇ, ਯਾਨੀ ਕਿ ਇਹ ਪਹਾੜਾਂ ਵਿੱਚੋਂ ਲੰਘਣ ਲਈ ਬਣੇ ਗਏ ਇੱਕ ਰਸਤੇ ਹਨ, ਜਿਨ੍ਹਾਂ ਦੇ ਦੁਆਰਾ ਜਿਹੜਾ ਬਹੁਤ ਸਾਰੇ ਵਿਦੇਸ਼ੀ ਹਮਲਾਵਰਾਂ ਨੇ ਵੀ ਸਾਡੇ ਉੱਪਰ ਹਮਲੇ ਕੀਤੇ ਔਰ ਵਪਾਰ ਦਾ ਵੀ ਇੱਕ ਜ਼ਰੀਆ ਬਣੇ। ਦਰਾ ਖੈਬਰ ਰਾਹੀਂ ਹੀ ਪੱਛਮੀ ਹਮਲਾਵਰ ਪੰਜਾਬ ਆਏ। ਠੀਕ ਹੈ, ਕੋਈ ਵੀ ਹਮਲਾਵਰ ਸਭ ਤੋਂ ਪਹਿਲਾਂ ਕੀ ਹੈ ਪੰਜਾਬ ਦੇ ਵਿੱਚ ਹਮਲਾ ਕਰਦਾ ਸੀ ਤਾਂ ਉਹ ਦਰਾ ਕਿ ਅੱਗੇ ਅਸੀਂ ਪੜ੍ਹਾਂਗੇ ਕਿ ਕਿਸ ਤਰ੍ਹਾਂ ਭਾਰਤ ਨੂੰ ਪੰਜਾਬ ਦਾ ਸੋਰੀ ਭਾਰਤ ਦਾ ਪੰਜਾਬ ਨੂੰ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ, ਤਾਂ ਉਹਦੇ ਤੋਂ ਦਰਿਆ ਬਾਰੇ ਹੋਰ ਕਲੀਅਰ ਹੋਊਗਾ। ਫਿਲਹਾਲ ਅਸੀਂ ਇਹ ਜ਼ਰੂਰ ਯਾਦ ਰੱਖਣਾ ਕਿ ਦਰਾ ਉਹ ਤੋਂ ਭਾਵ ਕੀ ਹੈ ਕਿ ਜੋ ਪਹਾੜਾਂ ਵਿੱਚੋਂ ਨਿਕਲਣ ਵਾਲਾ ਕੁਦਰਤੀ ਰਾਹ, ਲੰਘਣ ਦੇ ਲਈ ਬਣਿਆ ਹੋਇਆ ਕੁਦਰਤੀ ਰਾਹ ਜੋ ਕੁਦਰਤ ਵੱਲੋਂ ਹੀ ਬਣਾਇਆ ਗਿਆ ਹੈ। ਹਿਮਾਲਿਆ ਪਰਬਤ ਬਹੁਤ ਉੱਚਾ ਪਰਬਤ ਹੈ। ਅੱਗੇ ਗੱਲ ਕਰਦੇ ਹਾਂ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਦੇ ਲਾਭ ਦੀ। ਹੁਣ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਦੇ ਲਾਭ ਦੀ ਤੁਸੀਂ ਸਾਰੇ ਮੈਨੂੰ ਲੱਗਦਾ ਛੋਟੀਆਂ ਕਲਾਸਾਂ ਵਿੱਚ ਵੀ ਅਸੀਂ ਹਿਮਾਲਿਆ ਦੀਆਂ ਪਹਾੜੀਆਂ ਦੇ ਲਾਭ ਬਾਰੇ ਪੜ੍ਹਿਆ ਹੈ। ਬਹੁਤ ਉੱਚਾ ਪਰਬਤ ਹੈ, ਇਸ ਦੀਆਂ ਟੀਸੀਆਂ ਸਦਾ ਹੀ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ, ਇਸ ਕਰਕੇ ਪੰਜਾਬ ਦੇ ਦਰਿਆ ਵਿੱਚ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੈ। ਇਹ ਕਾਰਨ ਹੈ ਕਿ ਪੰਜਾਬ ਦੇ ਦਰਿਆਵਾਂ ਵਿੱਚ ਸਾਰਾ ਸਾਲ ਜਿਹੜਾ ਪਾਣੀ ਉਹ ਵਗਦਾ ਰਹਿੰਦਾ ਹੈ। ਸਿੱਟੇ ਵਜੋਂ ਪੰਜਾਬ ਦੀ ਧਰਤੀ ਉਪਜਾਊ ਹੈ। ਸਾਡੀ ਧਰਤੀ ਦੇ ਉਪਜਾਊ ਹੋਣ ਕਾਰਨ ਹੀ ਇੱਥੋਂ ਦੇ ਵਾਸੀ ਆਰਥਿਕ ਤੌਰ 'ਤੇ ਖੁਸ਼ਹਾਲ ਹਨ। ਠੀਕ ਹੈ, ਯਾਨੀ ਕਿ ਸਾਨੂੰ ਬਹੁਤ ਸਾਰੇ ਲਾਭ ਆ ਇਸ ਬਰਫ਼ ਨਾਲ ਢੱਕਿਆ ਰਹਿਣ ਕਰਕੇ ਸਾਰਾ ਸਾਲ ਜਿਹੜਾ ਸਾਡੇ ਦੇਸ਼ ਦੇ ਦਰਿਆਵਾਂ ਦੇ ਵਿੱਚ ਪਾਣੀ ਚੱਲਦਾ। ਪੰਜਾਬ ਦੀ ਧਰਤੀ ਉਪਜਾਊ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਪਾਣੀ ਮਿਲਦਾ ਸਿੰਜਾਈ ਦੇ ਲਈ ਅਤੇ ਆਰਥਿਕ ਤੌਰ 'ਤੇ ਅਸੀਂ ਕੀ ਹਾਂ ਬਹੁਤ ਜ਼ਿਆਦਾ ਖੁਸ਼ਹਾਲ ਹਾਂ। ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ, ਬਹੁਤ ਜ਼ਿਆਦਾ ਜੰਗਲ ਮਿਲਦੇ ਆ। ਹੁਣ ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ ਅਤੇ ਜੰਗਲਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਜਿਹੜੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਜੰਗਲਾਂ ਤੋਂ ਲੋੜੀਂਦੀਆਂ ਜਿਵੇਂ ਸਾਨੂੰ ਜੜੀ ਬੂਟੀਆਂ, ਲੱਕੜ ਪ੍ਰਾਪਤ ਹੁੰਦੀ ਹੈ। ਇਹ ਲੱਕੜ ਪੰਜਾਬ ਦੀ ਆਰਥਿਕ ਹਾਲਤ ਨੂੰ ਚੰਗਾ ਰੱਖਣ ਵਿੱਚ ਸਹਾਇਕ ਸਾਬਤ ਹੁੰਦੀ ਹੈ। ਹੁਣ ਜੋ ਲੱਕੜ ਸਾਨੂੰ ਮਿਲਦੀ ਹੈ ਉਹ ਤੁਸੀਂ ਦੇਖਦੇ ਹੋ ਕਿ ਅਸੀਂ ਉਸਨੂੰ ਕਿੰਨੇ ਪ੍ਰਕਾਰ ਨਾਲ ਕਈ ਕਈ ਥਾਵਾਂ 'ਤੇ ਅਸੀਂ ਇਸਨੂੰ ਯੂਜ਼ ਕਰਦੇ ਹਾਂ। ਫਰਨੀਚਰ ਦੇ ਤੌਰ 'ਤੇ ਇਮਾਰਤੀ ਲੱਕੜੀ ਹੈ, ਇਮਾਰਤ ਬਣਾਉਣ ਦੇ ਲਈ ਲੱਕੜ ਦਾ ਉਪਯੋਗ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ, ਬਾਲਣ ਦੇ ਰੂਪ ਵਿੱਚ ਵੀ ਅਸੀਂ ਉਸਦਾ ਪ੍ਰਯੋਗ ਕਰਦੇ ਹਾਂ। ਇਹ ਸਾਰਾ ਕੀ ਹੈ ਹਿਮਾਲਿਆ ਪਰਬਤ ਉੱਤੇ ਜਿਹੜੇ ਸੰਘਣੇ ਜੰਗਲ ਆ ਉਹਨਾਂ ਤੋਂ ਮਿਲਦਾ। ਫਿਰ ਬਹੁਤ ਸਾਰੀਆਂ ਜੜੀ ਬੂਟੀਆਂ ਮਿਲਦੀਆਂ ਜਿਨ੍ਹਾਂ ਤੋਂ ਕੀ ਹੈ ਵੱਖ ਵੱਖ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਅਤੇ ਉਹੀ ਦਵਾਈਆਂ ਫਿਰ ਅੱਗੇ ਆ ਕੇ ਸਾਡੇ ਤੱਕ ਪਹੁੰਚਦੀਆਂ ਜੋ ਕਿ ਸਾਡੇ ਲਈ ਜ਼ਰੂਰੀ ਹਨ। ਇਸ ਤਰ੍ਹਾਂ ਹਿਮਾਲਿਆ ਦੇ ਸਾਨੂੰ ਬਹੁਤ ਸਾਰੇ ਕੀ ਹੈ ਲਾਭ ਹਨ। ਹਿਮਾਲਿਆ ਪਰਬਤ ਉੱਤੇ ਸਾਰਾ ਸਾਲ ਜਿਹੜੀ ਬਰਫ਼ ਅਤੇ ਸੰਘਣੇ ਜੰਗਲ ਹਮਲਾਵਰਾਂ ਨੂੰ ਵੀ ਰੋਕਦੇ ਹਨ। ਹੁਣ ਇੱਕ ਹੋਰ ਵੱਡੀ ਵਿਸ਼ੇਸ਼ਤਾ ਕੀ ਹੈ ਹਿਮਾਲਿਆ ਪਰਬਤ ਦੀ ਕਿ ਹਿਮਾਲਿਆ ਪਰਬਤ ਜੋ ਉੱਤਰ ਦੇ ਵਿੱਚ ਸਥਿਤ ਹੈ, ਅਸੀਂ ਪੜ੍ਹਿਆ ਵੀ ਉੱਤਰ ਦੇ ਵਿੱਚ ਖੜ੍ਹਾ ਹਿਮਾਲਿਆ ਦੇਸ਼ ਮੇਰੇ ਦਾ ਹੈ ਰਖਵਾਲਾ, ਤਾਂ ਇਸ ਪਾਸੇ ਕਦੇ ਵੀ ਕਿਸੇ ਵੀ ਹਮਲਾਵਰ ਦੀ ਹਿੰਮਤ ਨਹੀਂ ਹੋਈ ਕਿ ਉਹ ਸਾਡੇ ਦੇਸ਼ ਦੇ ਉੱਪਰ ਹਮਲਾ ਕਰ ਸਕੇ, ਕਿਉਂਕਿ ਇਸ ਦੀਆਂ ਚੋਟੀਆਂ ਬਹੁਤ ਉੱਚੀਆਂ ਹਨ ਅਤੇ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਸ ਕਰਕੇ ਇਸ ਪਾਸੇ ਵੱਲ ਕੋਈ ਵੀ ਹਮਲਾਵਰ ਸਾਡੇ ਉੱਤੇ ਹਮਲਾ ਨਹੀਂ ਕਰ ਸਕਦਾ। ਸੰਘਣੇ ਜੰਗਲ ਵੀ ਉਹਨਾਂ ਨੂੰ ਰੋਕਣ ਦਾ ਕੰਮ ਕਰਦੇ ਹਨ। ਇਸੇ ਕਾਰਨ ਹੀ ਇਹ ਪੰਜਾਬ ਦੀ ਉੱਤਰੀ ਸਰਹੱਦ ਉੱਤੇ ਪਹਿਰੇਦਾਰ ਦਾ ਕੰਮ ਕਰਦਾ ਹੈ। ਇਸ ਪ੍ਰਕਾਰ ਜਿਹੜੇ ਹਿਮਾਲਿਆ ਪਰਬਤ ਆ ਉਸਦੇ ਸਾਨੂੰ ਬਹੁਤ ਸਾਰੇ ਲਾਭ ਹਨ। ਉਸ ਤੋਂ ਅੱਗੇ ਅਸੀਂ ਦੇਖੀਏ ਭਾਰਤ ਵਿੱਚ ਵਰਖਾ ਲਿਆਉਣ ਲਈ ਵੀ ਸਾਡੀ ਮਦਦ ਕਰਦਾ ਹੈ ਹਿਮਾਲਿਆ ਪਰਬਤ। ਮੌਨਸੂਨ ਪੌਣਾ ਇਸ ਪਰਬਤ ਨਾਲ ਟਕਰਾ ਕੇ ਮੀਂਹ ਬਰਸਾਉਂਦੀਆਂ ਹਨ। ਹੁਣ ਜਦ ਮੌਨਸੂਨ ਪੌਣਾ ਆਉਂਦੀਆਂ ਤਾਂ ਇਹ ਪਰਬਤ ਇੰਨਾ ਉੱਚਾ ਕਿ ਇਸ ਉੱਪਰੋਂ ਵੀ ਜਿਹੜੀਆਂ ਮੌਨਸੂਨ ਪੌਣਾ ਲੰਘਦੀਆਂ ਨਹੀਂ ਅਤੇ ਇਸ ਨਾਲ ਟਕਰਾ ਕੇ ਉਹ ਭਾਰਤ ਵਿੱਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਬਰਸਾਉਂਦੀਆਂ ਹਨ। ਜੇਕਰ ਸਾਡੇ ਉੱਤਰ ਵਿੱਚ ਇਹ ਵੀ ਤੁਸੀਂ ਇੱਕ ਦੋ ਗੱਲਾਂ ਜਿਹੜੀਆਂ ਇਹ ਨਾ ਹੁੰਦਾ, ਇਹ ਵੀ ਅਕਸਰ ਹੀ ਇੱਕ ਨੰਬਰ ਵਿੱਚ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਂਦਾ ਤਾਂ ਪੰਜਾਬ ਕਿਹੋ ਜਿਹਾ ਇਲਾਕਾ ਹੁੰਦਾ। ਜੇਕਰ ਸਾਡੇ ਉੱਤਰ ਵਿੱਚ ਇਹ ਪਰਬਤ ਨਾ ਹੁੰਦਾ ਤਾਂ ਪੰਜਾਬ ਵੀ ਇੱਕ ਖੁਸ਼ਹਾਲ, ਖੁਸ਼ਕ ਅਤੇ ਠੰਡਾ ਇਲਾਕਾ ਬਣ ਕੇ ਰਹਿ ਜਾਂਦਾ। ਇੱਥੇ ਖੇਤੀ ਵੀ ਨਾ ਬਰਾਬਰ ਹੀ ਹੁੰਦੀ। ਠੀਕ ਹੈ, ਯਾਨੀ ਕਿ ਜਿਹੜਾ ਹਿਮਾਲਿਆ ਪਰਬਤ ਹੈ ਜੇ ਉੱਤਰ ਦੇ ਵਿੱਚ ਨਾ ਹੁੰਦਾ ਤਾਂ ਜਿਹੜਾ ਪੰਜਾਬ ਆ ਕੀ ਸੀ ਖੁਸ਼ਕ ਅਤੇ ਠੰਡਾ ਇਲਾਕਾ ਬਣ ਕੇ ਰਹਿ ਜਾਂਦਾ ਅਤੇ ਇੱਥੇ ਜਿਹੜੀ ਖੇਤੀ ਸੀ ਉਹ ਵੀ ਨਾ ਬਰਾਬਰ ਹੀ ਹੁੰਦੀ। ਹਿਮਾਲਿਆ ਪਰਬਤ ਦੇ ਉਸ ਤੋਂ ਬਾਅਦ ਹੋਰ ਸਾਨੂੰ ਕੀ ਲਾਭ ਆ? ਹਿਮਾਲਿਆ ਪਰਬਤ ਕਾਰਨ ਹੀ ਪੰਜਾਬ ਕੋਲ ਸੁੰਦਰ ਸੈਲਾਨੀ ਸਥਾਨ ਜਿਵੇਂ ਸ਼ਿਮਲਾ ਹੋ ਗਿਆ, ਮਨਾਲੀ ਹੋ ਗਿਆ, ਚਾਇਲ ਹੋ ਗਿਆ, ਸੋਲਨ ਆਦਿ ਜੋ ਭਾਵੇਂ ਅੱਜ ਹਿਮਾਚਲ ਪ੍ਰਦੇਸ਼ ਵਿੱਚ ਹਨ, ਤਾਂ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਪੰਜਾਬ
ਦੇ ਵਿੱਚੋਂ ਹੀ ਜਿਹੜਾ ਹਿਮਾਚਲ ਪ੍ਰਦੇਸ਼ ਹੈ ਉਹ ਅਲੱਗ ਕੀਤਾ ਗਿਆ। ਇਹ ਸ਼ਹਿਰ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਕਾਰਨ ਸਾਡੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਸਹਾਈ ਹਨ। ਠੀਕ ਹੈ, ਯਾਨੀ ਕਿ ਜਿਹੜੇ ਸੁੰਦਰ ਸੈਲਾਨੀ ਉੱਥੇ, ਯਾਨੀ ਕਿ ਸੈਲਾਨੀ ਯਾਨੀ ਕਿ ਵਿਦੇਸ਼ੀ ਯਾਤਰੀ ਜਾਂ ਕੋਈ ਵੀ ਉੱਥੇ ਸਫ਼ਰ ਕਰਨ ਦੇ ਲਈ ਆਉਂਦੇ ਆ, ਤਾਂ ਤੁਸੀਂ ਦੇਖਿਆ ਹੀ ਹੋਣਾ, ਤੁਸੀਂ ਵੀ ਜਾਂਦੇ ਹੋ ਤਾਂ ਉੱਥੇ ਲੋਕਾਂ ਨੇ ਆਪਣੇ ਆਪਣੇ ਰੁਜ਼ਗਾਰ ਬਣਾਏ ਹੋਏ ਆ। ਪਹਾੜਾਂ ਦੇ ਉੱਪਰ ਜਾ ਕੇ ਦੇਖੋ ਆਪਣੇ ਸ਼ੌਪਸ ਉਹਨਾਂ ਨੇ, ਦੁਕਾਨਾਂ ਖੋਲੀਆਂ ਹੋਈਆਂ। ਅਸੀਂ ਵੀ ਜਦ ਕਿਤੇ ਉਸ ਜਾਂਦੇ ਹਾਂ ਘੁੰਮਣ ਫਿਰਨ, ਤਾਂ ਅਸੀਂ ਵੀ ਬਹੁਤ ਸਾਰਾ ਸਮਾਨ ਉੱਥੋਂ ਖਰੀਦਦੇ ਹਾਂ। ਇਸ ਤਰ੍ਹਾਂ ਕੀ ਆ, ਉਹਨਾਂ ਸਾਰਿਆਂ ਦਾ ਉਹ ਰੁਜ਼ਗਾਰ ਦਾ ਜਿਹੜਾ ਇੱਕ ਬਣਿਆ ਹੋਇਆ ਹੈ, ਇੱਕ ਰੁਜ਼ਗਾਰ ਦਾ ਇੱਕ ਬਹੁਤ ਵਧੀਆ ਇੱਕ ਸਾਧਨ ਹੈ ਕਹਿ ਲਓ। ਇਸ ਤਰ੍ਹਾਂ ਹਿਮਾਲਿਆ ਪਰਬਤ ਦੀ ਇਹ ਵੀ ਸਾਨੂੰ ਇੱਕ ਬਹੁਤ ਵੱਡੀ ਕੀ ਹੈ, ਦੇਣ ਹੈ। ਅੱਗੇ ਗੱਲ ਕਰਦੇ ਹਾਂ, ਹਿਮਾਲਿਆ ਪਰਬਤ ਉੱਤੇ ਦੀਆਂ ਪੱਛਮੀ ਪਹਾੜੀਆਂ ਸੁਲੇਮਾਨ ਅਤੇ ਕਿਰਥਾਰ ਦੇ ਦਰੇ ਵੀ ਪੰਜਾਬ ਲਈ ਲਾਭਦਾਇਕ ਸਿੱਧ ਹੋਏ ਹਨ। ਹੋਰ ਲਾਭ ਕੀ ਹੈ ਕਿ ਜਿਹੜੇ ਪਹਾੜੀਆਂ ਸੁਲੇਮਾਨ ਅਤੇ ਕਿਰਥਾਰ ਦੇ ਦਰੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਆਖਰ ਦਰਾ ਹੁੰਦਾ ਕੀ ਹੈ। ਪਹਾੜਾਂ ਦੇ ਵਿੱਚੋਂ ਲੰਘਣ ਲਈ ਬਣਾਇਆ ਗਿਆ ਬਣਿਆ ਹੋਇਆ ਕੁਦਰਤੀ ਰਾਹ ਪੰਜਾਬ ਦੀ ਲਾਭਦਾਇਕ ਸਿੱਧ ਹੋਏ ਹਨ। ਪੰਜਾਬ ਦਰਿਆ ਰਾਹੀਂ, ਇਹਨਾਂ ਦਰਿਆ ਰਾਹੀਂ ਹੀ ਮੱਧ ਏਸ਼ੀਆ ਵਿੱਚ ਆਵਾਜਾਈ ਹੁੰਦੀ ਰਹੀ ਹੈ। ਯਾਨੀ ਕਿ ਇਹੀ ਦਰੇ ਸਨ ਜੋ ਪੰਜਾਬ, ਜੋ ਪਹਾੜਾਂ ਦੇ ਵਿੱਚੋਂ ਲੰਘਣ ਲਈ ਬਣੇ ਹੋਏ ਕੁਦਰਤੀ ਰਾਹ ਸਨ, ਜਿਨ੍ਹਾਂ ਨਾਲ ਸਾਡੀ ਮੱਧ ਏਸ਼ੀਆ ਨਾਲ ਆਵਾਜਾਈ ਹੁੰਦੀ ਰਹੀ, ਸਾਡੇ ਵਪਾਰ, ਕਲਾ ਅਤੇ ਸੱਭਿਆਚਾਰ ਪ੍ਰਫੁੱਲਿਤ ਹੋਏ। ਯਾਨੀ ਕਿ ਇਹਨਾਂ ਰਸਤਿਆਂ ਰਾਹੀਂ ਹੀ ਅਸੀਂ ਵਪਾਰ ਕੀਤਾ, ਕਲਾ, ਸੱਭਿਆਚਾਰ ਜਿਹੜਾ ਸਾਡਾ ਹੋਰ ਮੱਧ ਏਸ਼ੀਆ ਤੱਕ ਪਹੁੰਚ ਸਕਿਆ ਅਤੇ ਉਹਨਾਂ ਦਾ ਸੱਭਿਆਚਾਰ ਸਾਡੇ ਤੱਕ ਆ ਸਕਿਆ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਿਮਾਲਿਆ ਪਰਬਤ ਹੈ ਜੋ ਪੰਜਾਬ ਦੀ ਕੀ ਹੈ, ਜਿੰਦ ਜਾਨ ਹੈ। ਠੀਕ ਹੈ ਜੀ, ਅੱਗੇ ਅਸੀਂ ਇਸ ਨੂੰ ਇੱਕ ਮਾਈਂਡ ਮੈਪ ਜਿਹੜਾ ਦੇ ਨਾਲ ਚਾਰਟ ਦੇ ਅਨੁਸਾਰ ਵੀ ਇਸ ਨੂੰ ਅਸੀਂ ਯਾਦ ਰੱਖਣਾ, ਅਤੇ ਇਹ ਚਾਰਟ ਤੁਸੀਂ ਆਪਣੀ ਕਾਪੀ ਦੇ ਉੱਪਰ ਵੀ ਬਣਾ ਸਕਦੇ ਹੋ, ਤਾਂ ਕਿ ਜਦ ਵੀ ਤੁਸੀਂ ਕਿਤੇ ਇਸ ਨੂੰ ਯਾਦ ਕਰਨਾ ਹੈ ਤਾਂ ਇਸ ਨੂੰ ਆਸਾਨੀ ਨਾਲ ਇਹਦੇ ਪੁਆਇੰਟਸ ਆ ਸਾਨੂੰ ਯਾਦ ਰਹਿਣ। ਹਿਮਾਲਿਆ ਦੀਆਂ ਪਹਾੜੀਆਂ ਦੇ ਲਾਭ ਕੀ ਹੈ, ਦੇਖ ਹੀ ਰਹੇ ਹਾਂ ਤੁਸੀਂ, ਉੱਚੇ ਪਹਾੜ ਦੁਸ਼ਮਣ ਨੂੰ ਹਮਲੇ ਤੋਂ ਰੋਕਦੇ ਹਨ। ਸੁੰਦਰ ਸੈਲਾਨੀ ਸਥਾਨ ਜਿਵੇਂ ਸ਼ਿਮਲਾ, ਮਨਾਲੀ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਸਾਰੀਆਂ ਜਿਹੜੀਆਂ ਸੁੰਦਰ ਸੁੰਦਰ ਸਥਾਨ ਹਨ, ਉਹਨਾਂ ਦੇ ਲੋਕ ਬਾਹਰੋਂ ਘੁੰਮਣ ਆਉਂਦੇ ਹਨ। ਫਿਰ ਲੋਕਾਂ ਨੇ ਉੱਥੇ ਆਪਣੇ ਰੁਜ਼ਗਾਰ ਦੇ ਲਈ ਹੋਟਲ ਬਣਾਏ ਹੋਏ ਆ, ਦੁਕਾਨਾਂ ਪਾਈਆਂ ਹੋਈਆਂ, ਅਤੇ ਉੱਥੋਂ ਲੋਕ ਸਮਾਨ ਖਰੀਦਦੇ ਹਨ ਜਾਂ ਉੱਥੇ ਠਹਿਰਦੇ ਹਨ, ਤਾਂ ਉਹਨਾਂ ਦਾ ਰੁਜ਼ਗਾਰ ਦਾ ਇੱਕ ਸਾਧਨ ਬਣੇ ਹੋਏ। ਨਦੀਆਂ ਦਾ ਪਾਣੀ ਪੰਜਾਬ ਨੂੰ ਮਿਲਣਾ, ਅਤੇ ਇਹਨਾਂ ਨਦੀਆਂ 'ਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ, ਅਸੀਂ ਪੜ੍ਹਿਆ ਹੀ ਹੈ, ਜਿਸ ਦੇ ਕਾਰਨ ਕੀ ਹੈ, ਬਹੁਤ ਸਾਰਾ ਪਾਣੀ ਹੈ ਜਿਹੜਾ ਦਰਿਆਵਾਂ ਦੇ ਰਾਹੀਂ ਸਾਡੀ ਸਿੰਚਾਈ ਦੇ ਰੂਪ ਵਿੱਚ ਸਾਡੀ ਸਹਾਇਤਾ ਕਰਦਾ, ਅਤੇ ਜਿਸ ਕਾਰਨ ਕਿ ਸਾਡਾ ਪੰਜਾਬ ਦਾ ਜਿਹੜਾ ਮੈਦਾਨੀ ਇਲਾਕਾ ਉਹ ਹਮੇਸ਼ਾ ਹੀ ਹਰਿਆ ਭਰਿਆ ਰਹਿੰਦਾ ਅਤੇ ਖੁਸ਼ਹਾਲ ਰਹਿੰਦਾ। ਸੰਘਣੇ ਜੰਗਲ ਮੀਂਹ ਲਿਆਉਣ ਵਿੱਚ ਵੀ ਸਹਾਇਕ ਹੁੰਦੇ ਆ। ਅਸੀਂ ਪੜ੍ਹ ਚੁੱਕੇ ਹਾਂ ਕਿ ਹਿਮਾਲਿਆ ਪਰਬਤ ਆ ਜਿਹੜਾ ਭਾਰਤ ਦੇ ਵਿੱਚ ਜਿਹੜਾ ਮੌਨਸੂਨ ਪਾਉਣਾ ਉਸਦੇ ਨਾਲ ਟਕਰਾ ਕੇ ਬਹੁਤ ਖੂਬ ਵਰਖਾ ਕਰਦੀਆਂ, ਪੰਜਾਬ ਵਿੱਚ ਬਹੁਤ ਵਰਖਾ ਹੁੰਦੀ ਹੈ। ਇਹ ਹਿਮਾਲਿਆ ਪਰਬਤ ਦੀ ਹੀ ਸਾਨੂੰ ਦੇਣ ਹੈ। ਠੀਕ ਹੈ ਜੀ, ਅੱਗੇ ਅਸੀਂ ਜਿਹੜਾ ਅੱਜ ਦਾ ਜਿਹੜਾ ਸਾਡਾ ਇਹ ਟੋਪਿਕ ਇੱਥੇ ਅਸੀਂ ਖਤਮ ਕਰਦੇ ਹਾਂ, ਕਿਉਂਕਿ ਸਮਾਂ ਲਗਭਗ ਹੋ ਚੁੱਕਿਆ ਹੈ। ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਇਸ ਦਾ ਅਭਿਆਸ ਕਰ ਲੈਣਾ ਹੈ। ਅਗਲਾ ਜਿਹੜਾ ਇਸ ਤੋਂ ਅੱਗੇ ਦਾ ਪਾਰਟ ਹੈ, ਮੈਦਾਨੀ ਖੇਤਰ, ਜਾਂ ਉਸ ਤੋਂ ਅਗਲਾ ਹੀ ਜੋ ਪਾਰਟ ਹੈ, ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ। ਤਦ ਤੱਕ ਲਈ ਤੁਸੀਂ ਇਸ ਨੂੰ ਇਸ ਦਾ